ਵਾਹੀ ਗੁਰਜੀ ਦਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲੈ ਇੱਕ ਵਾਰ ਚਾਰ ਜਣੇ ਅਕਾਲ ਚਲਾ ਨੇ ਘਰ ਜਾਂਦੇ ਨੇ ਜਦੋਂ ਅਕਾਲ ਚਲਾ ਨੇ ਕੀਤੇ ਤਾਂ ਜਮ ਦੁੱਧ ਉਹਨਾਂ ਨੂੰ ਜਮ ਲੋਕ ਦੇ ਵਿੱਚ ਲੈ ਕੇ ਗਏ ਜਦੋਂ ਉੱਥੇ ਜਾ ਕੇ ਖੜਦੇ ਆ ਦੇਖਦੇ ਆ ਬੜੀ ਲੰਬੀ ਲਾਈਨ ਦੋਵਾਂ ਪਾਸੇ ਇੱਕ ਇੱਕ ਦਰਵਾਜ਼ਾ ਹੁੰਦਾ ਉ ਚਾਰੇ ਜਣੇ ਜਿਹੜੇ ਹੁੰਦੇ ਨੇ ਸਭ ਤੋਂ ਆਖੀਰ ਚ ਖੜੇ ਹੁੰਦੇ ਨੇ ਉਹ ਦੇਖਦੇ ਨੇ ਕਿ ਸਵਰਗ ਲੋਕ ਦਾ ਦਰਵਾਜਾ ਹਜੇ ਤੱਕ ਬੰਦ ਹੈ ਉਧਰ ਕੋਈ ਵੀ ਨਹੀਂ ਗਿਆ ਤੇ ਨਰਕ ਵਾਲੇ ਪਾਸੇ ਹੌਲੀ-ਹੌਲੀ ਕਰਕੇ ਸੁੱਟੀਆਂ ਆਉਂਦੇ ਨੇ ਜਿਹੜੇ ਉਹ ਚਾਰ ਜਣੇ ਆਏ ਸੀ ਉਹਨਾਂ ਵਿੱਚੋਂ ਚਾਰੇ ਜਦੋਂ ਆਪਸ ਵਿੱਚ ਗੱਲ ਕਰਨ ਲੱਗ ਜਾਂਦੇ ਨੇ ਪਹਿਲੇ ਤਿੰਨ ਕਹਿੰਦੇ ਕਿ ਸਾਨੂੰ ਤਾਂ ਸਵਰਗ ਹੀ ਮਿਲੇਗਾ ਪਹਿਲਾ ਇੱਕ ਰਾਜਾ ਹੁੰਦਾ ਦੂਜਾ ਵਪਾਰੀ ਹੁੰਦਾ ਤੀਜਾ ਪੰਡਤ ਹੁੰਦਾ ਤੇ ਚੌਥਾ ਇੱਕ ਖੇਤੀ ਵਾਹੀ ਕਰਨ ਵਾਲਾ ਹੁੰਦਾ ਪਹਿਲੇ ਤਿੰਨ ਕਹਿੰਦੇ ਵੀ ਸਾਨੂੰ ਤਾਂ ਸਵਰਗ ਦੀ ਪ੍ਰਾਪਤੀ ਹੋਵੇਗੀ ਚੌਥਾ ਚੋਪ ਕਰਕੇ ਖੜਾ ਰਹਿੰਦਾ ਪਹਿਲਾ ਜਿਹੜਾ ਏ ਉਹ ਕਹਿੰਦਾ ਵੀ ਮੈਂ ਆਪਣੇ ਰਾਜ ਵਿੱਚ ਹਰ ਕਿਸੇ ਨੂੰ ਖੁਸ਼ ਰੱਖਿਆ ਮੇਰੇ ਕੋਲ ਜੋ ਵੀ ਆਉਂਦਾ ਸੀ ਮੈਂ ਹਰ ਕਿਸੇ ਦੀ ਮਦਦ ਕਰਦਾ ਸੀ ਮੈਂ ਕਦੇ ਪੱਖਪਾਤ ਨਹੀਂ ਕੀਤਾ ਮੈਂ ਹਮੇਸ਼ਾ ਸੱਚ ਦਾ ਫੈਸਲਾ ਕੀਤਾ ਜੇ ਕੋਈ ਕੁਝ ਲੈਣ ਆਉਂਦਾ ਸੀ ਤਾਂ ਉਹਨੂੰ ਜ਼ਰੂਰ ਦਿੰਦਾ ਸੀ ਹਰ ਕਿਸੇ ਦੀ ਮਦਦ ਕਰਦਾ ਸੀ ਇੱਕ ਹੈ ਕਿ ਉਹ ਕਹਿੰਦਾ ਭੀ ਮੈਨੂੰ ਤਾਂ ਜ਼ਰੂਰ ਸਵਰਗ ਦੀ ਪ੍ਰਾਪਤੀ ਹੀ ਹੋਵੇਗੀ ਮੈਂ ਜੋ ਵੀ ਕਰਦਾ ਸੀ ਚੰਗੇ ਲਈ ਕਰਦਾ ਸੀ ਤੇ ਚੰਗੇ ਨੂੰ ਹਮੇਸ਼ਾ ਸਵਰਗ ਹੀ ਮਿਲਦਾ ਉਹ ਕਹਿੰਦਾ ਠੀਕ ਹੈ ਹੁਣ ਅਗਲੇ ਦੀ ਵਾਰੀ ਆਈ ਜਿਹੜਾ ਅਗਲਾ ਵਪਾਰੀ ਸੀ ਉਹ ਕਹਿੰਦਾ ਮੈਂ ਬੜੇ ਜਿਆਦੇ ਥਾਵਾਂ ਤੇ ਲੰਗਰ ਲਾਇਨ ਮੈਂ ਜਦੋਂ ਲੰਗਰ ਲਾਉਂਦਾ ਸੀ ਤੇ ਹਰ ਸਹੂਲਤ ਦਿਆ ਕਰਦਾ ਸੀ ਮੈਂ ਹਰ ਕਿਸੇ ਨੂੰ ਪ੍ਰਸ਼ਾਦਾ ਪਾਣੀ ਸ਼ਕਾਇਆ ਕਰਦਾ ਸੀ ਤੇ ਭੁੱਖੇ ਨੂੰ ਖਵਾਉਣਾ ਇਹ ਸਭ ਤੋਂ ਵੱਡਾ ਪੁੰਨ ਹੁੰਦਾ ਤੇ ਮੈਂ ਤਾਂ ਸਾਰੀ ਉਮਰ ਪੁੰਨੀ ਖਟਿਆ ਮੈਨੂੰ ਤਾਂ ਸਵਰਗ ਦੀ ਪ੍ਰਾਪਤੀ ਜ਼ਰੂਰ ਹੋਵੇਗੀ ਫਿਰ ਹੁਣ ਅੱਗੇ ਤੀਜੇ ਦੀ ਵਾਰੀ ਆਉਂਦੀ ਉਹ ਪੰਡਤ ਕਹਿੰਦਾ ਮੈਂ ਤਾਂ ਐਨੇ ਲੋਕਿਆਂ ਨੂੰ ਸਿੱਖਿਆ ਦਿੱਤੀ ਐ ਹਰ ਕੋਈ ਮੇਰੇ ਤੋਂ ਪੜ ਕੇ ਜਾਂਦਾ ਸੀ ਹਰ ਥਾਂ ਜਾ ਕੇ ਵੱਖ-ਵੱਖ ਲੋਕਾਂ ਦੇ ਘਰ ਪੂਜਾ ਪਾਠ ਕਰਦਾ ਸੀ ਕਿਸੇ ਦੇ ਘਰ ਵਿਧੀ ਵਿਵਧਾਨ ਕਰਦਾ ਸੀ ਮੈਂ ਜਿੰਨੇ ਮੈਨੂੰ ਗਿਆਨ ਹੈ ਨਾ ਉਹਨਾਂ ਕਿਸੇ ਨੂੰ ਗਿਆਨ ਨਹੀਂ ਤੇ ਮੈਂ ਆਪਣਾ ਗਿਆਨ ਬਹੁਤ ਥਾਵਾਂ ਤੇ ਵੰਡ ਕੇ ਆਇਆ ਤੇ ਕਿਸੇ ਨੂੰ ਗਿਆਨ ਦੇਣਾ ਇਹ ਸਭ ਤੋਂ ਵੱਡਾ ਧਰਮ ਹੁੰਦਾ ਹੈ ਇਸ ਕਰਕੇ ਮੈਨੂੰ ਜੋ ਹੈ ਉਹ ਸਵਰਗ ਦੀ ਪ੍ਰਾਪਤੀ ਹੀ ਹੋਵੇਗੀ ਤੁਹਾਨੂੰ ਨਰਕ ਮਿਲਣਾ ਮੈਨੂੰ ਸਵਰਗ ਮਿਲਣਾ ਤਿੰਨੇ ਜਣੇ ਆਪਸ ਵਿੱਚ ਐਵੇਂ ਗੱਲਾਂ ਕਰੀ ਜਾ ਰਹੇ ਸੀ ਹੁਣ ਕੌਮ ਦੇ ਕਮ ਦੇ ਵਾਰੀ ਚੌਥੇ ਧਿਆਗੀ ਕਿੰਨਾ ਤੂੰ ਦੱਸ ਤੂੰ ਕੀ ਕਰਕੇ ਉਹ ਅੱਗੋਂ ਚੁੱਪ ਰਹਿੰਦਾ ਕਿੰਦੇ ਇਹਨੂੰ ਵੀ ਨਰਕ ਚੋਂ ਛੁੱਟਣਗੇ ਇਹ ਗੱਲਾਂ ਕਰਦੇ ਪਏ ਸਨ ਇੰਨੇ ਨੂੰ ਉਹਨਾਂ ਦੀ ਵਾਰੀ ਆ ਜਾਂਦੀ ਸਭ ਤੋਂ ਪਹਿਲਾਂ ਰਾਜਾ ਫਿਰ ਪਿੱਛੇ ਵਪਾਰੀ ਉਦੋਂ ਪਿੱਛੇ ਪੰਡਤ ਤੇ ਉਦੋਂ ਪਿੱਛੇ ਵਾਹੀ ਕਰਨ ਵਾਲਾ ਖੜੇ ਹੁੰਦੇ ਨੇ ਹੁਣ ਧਰਮਰਾਜ ਦੇ ਕੋਲ ਜਦੋਂ ਜਾਂਦੇ ਨੇ ਧਰਮਰਾਜ ਪਹਿਲੇ ਨੂੰ ਕਹਿੰਦਾ ਤੂੰ ਤਾਂ ਥੱਲੇ ਜਿਹੜੇ ਧਰਤ ਲੋਕ ਤੇ ਇੱਕ ਬਹੁਤ ਵੱਡਾ ਰਾਜਾ ਸੀ ਹਰ ਪਾਸੇ ਤੇਰੇ ਚਰਚੇਸ ਤੂੰ ਦੱਸ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੀ ਪੁੰਨ ਕੀਤੇ ਨੇ ਪਹਿਲਾਂ ਮੈਂ ਤੈਨੂੰ ਮੌਕਾ ਦੇਣਾ ਉਹ ਕਹਿੰਦਾ ਧਰਮਰਾਜ ਮੈਂ ਮੇਰੇ ਰਾਜ ਦੇ ਵਿੱਚ ਜੋ ਵੀ ਆਉਂਦਾ ਸੀ ਨਾ ਜੋ ਵੀ ਜਿਹਦਾ ਫੈਸਲਾ ਕਰਨਾ ਸੀ ਮੈਂ ਸੱਚ ਦੇ ਆਧਾਰ ਤੇ ਕਰਦਾ ਸੀ ਮੈਂ ਅਮੀਰ ਗਰੀਬ ਕਦੀ ਵੀ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਹਰ ਕਿਸੇ ਦੀ ਮਦਦ ਕੀਤੀ ਜੇ ਕੋਈ ਆਂਦਾ ਸੀ ਵੀ ਮੈਨੂੰ ਜ਼ਰੂਰਤ ਹੈ ਤੇ ਮੈਂ ਉਹਦੀ ਵੀ ਮਦਦ ਕਰਦਾ ਸੀ ਮੈਂ ਹਰ ਇੱਕ ਨੂੰ ਇੱਕ ਨਿਗਾਹ ਦੇ ਨਾਲ ਦੇਖਦਾ ਸੀ ਮੈਂ ਹਰ ਥਾਂ ਤੇ ਜਾ ਕੇ ਜੋ ਵੀ ਉਹਨਾਂ ਨੂੰ ਜ਼ਰੂਰਤ ਚਾਹੀਦੀ ਸੀ ਉਹ ਮੁਹੱਈਆ ਕਰਾਂਦਾ ਸੀ ਮੇਰੇ ਰਾਜ ਦੇ ਵਿੱਚ ਕੋਈ ਦੁਖੀ ਨਹੀਂ ਸੀ ਹੈਗਾ ਤੁਸੀਂ ਇਹ ਚੈੱਕ ਵੀ ਕਰ ਸਕਦੇ ਹੋ ਤੇ ਲੋਕਾਂ ਤੋਂ ਪੁੱਛ ਵੀ ਸਕਦੇ ਰਾਜੇਨ ਉਹ ਰਾਜੇ ਨੇ ਜਦੋਂ ਆਪਣੀ ਗੱਲ ਸਮਾਪਤ ਕੀਤੀ ਤਾਂ ਅੱਗੋ ਤੇਰਮ ਰਾਜ ਨੇ ਕਿਹਾ ਤੂੰ ਜੋ ਵੀ ਕਹਿ ਰਿਹਾ ਹੈ ਇਹ ਬਿਲਕੁਲ ਠੀਕ ਹੈ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਹੈਗਾ ਤੇਰਾ ਵਹੀ ਖਾਤਾ ਵੀ ਇਹੀ ਕਹਿੰਦਾ ਪਿਆ ਪਰ ਤੇਰੇ ਜੋ ਨੇ ਪੂਰੇ ਪੁੰਨੇ ਉਹ ਕਿਸੇ ਕਾਰਨ ਪੂਰੇ ਸਮਾਪਤ ਹੋ ਗਿਨ ਤੂੰ ਵੱਖ-ਵੱਖ ਰਾਜਾਂ ਦੀਆਂ ਸੀਮਾਵਾਂ ਨੂੰ ਆਪਣੇ ਅੰਦਰ ਲੈਣ ਲਈ ਕਈ ਬੇਕਸੂਰਾਂ ਦੀ ਜਾਨ ਚਲੀ ਗਈ। ਉਹਨਾਂ ਦੇ ਬੱਚੇ ਅਨਾਥ ਹੋ ਗਏ। ਉਹਨਾਂ ਦੀਆਂ ਘਰਵਾਲੀਆਂ ਦੇ ਸਿਰ ਤੋਂ ਸਾਇਆ ਉੱਠ ਗਿਆ। ਖਾਣ-ਪੀਣ ਤੋਂ ਉਹ ਮਥਾਜ ਹੋ ਗਏ। ਤੇਰੇ ਇਸੇ ਵਰਤਾਰੇ ਕਰਕੇ ਕਈ ਲੋਕਾਂ ਦੀ ਜਾਨ ਗਈ ਸੀ। ਉਹ ਸਾਰੇ ਤੇਰੇ ਮੱਥੇ ਤੇ ਮੜੇ ਜਾਂਦੇ ਨੇ। ਜਿਸ ਕਾਰਨ ਤੇਰੇ ਸਾਰੇ ਪੁੰਜ ਉਹ ਖਤਮ ਹੋ ਜਾਂਦੇ ਨੇ। ਜਿਸ ਕਾਰਨ ਤੈਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ। ਇਹ ਕਹਿਣ ਦੀ ਧੀਰ ਸੀ। ਉੱਥੇ ਜਿਹੜੇ ਜੰਮਦੂਤ ਖੜੇ ਸੀ ਉਹਨਾਂ ਚੁੱਕਿਆ ਤੇ ਨਰਕ ਦੇ ਵਿੱਚ ਵਗਾਏ ਬੂਹਾ ਬੰਦ ਕਰ ਦਿੱਤਾ ਹੁਣ ਅੱਗੋਂ ਵਪਾਰੀ ਦੀ ਵਾਰੀ ਆ ਗਈ ਉਹ ਇਹ ਸਭ ਦੇਖ ਕੇ ਬੜਾ ਹੈਰਾਨ ਤੇ ਪਰੇਸ਼ਾਨ ਹੋ ਗਿਆ ਕਿੰਦਾ ਵਪਾਰੀਆ ਦੱਸ ਤੂੰ ਆਪਣੀ ਪੂਰੀ ਜ਼ਿੰਦਗੀ ਵਿੱਚ ਕਿਹੜੇ ਕਿਹੜੇ ਪੁੰਨ ਕੀਤੇ ਨੇ ਅੱਗੋਂ ਬੜਾ ਖੁਸ਼ ਹੋ ਗਿਆ ਕਿੰਦਾ ਜੀ ਮੈਂ ਬੜੇ ਜਾਦੇ ਲੰਗਰ ਲਾਇਆ ਮੈਂ ਕਈ ਗੁਰੂ ਘਰ ਮਸਜਿਦਾਂ ਤੇ ਹੋਰ ਵੀ ਕਈ ਜਿਹੜੇ ਮੰਦਰ ਹੁੰਦੇ ਨੇ ਉਹਨਾਂ ਥਾਵਾਂ ਤੇ ਜਾ ਕੇ ਲੰਗਰ ਲਾਇਆ ਨੇ ਮੈਂ ਬੜੀਆਂ ਥਾਵਾਂ ਤੇ ਦਾਨ ਕਰਦਾ ਸੀ ਭੁੱਖਿਆਂ ਨੂੰ ਪ੍ਰਸ਼ਾਦਾ ਛਕਾਉਂਦਾ ਸੀ ਜੋ ਵੀ ਮੇਰੇ ਤੋਂ ਬਣਦਾ ਸਰਦਾ ਸੀ ਉਹ ਮਦਦ ਕਰਦਾ ਸੀ ਤੁਸੀਂ ਕਿਸੇ ਤੋਂ ਵੀ ਪੁੱਛ ਸਕਦੇ ਹੋ ਹਰ ਕੋਈ ਕਹਿੰਦਾ ਸੀ ਵੀ ਇਹ ਭੁੱਖਿਆਂ ਨੂੰ ਪ੍ਰਸ਼ਾਦਾ ਖਵਾਉਂਦਾ ਐ ਇੰਨੀ ਕਹਿਣ ਦੀ ਧੀਰ ਸੀ ਤਾਂ ਅੱਗੋ ਧਰਮਨਾਥ ਨੇ ਕਿਹਾ ਤੂੰ ਜੋ ਕਹਿ ਰਿਹਾ ਹੈ ਉਹ ਠੀਕ ਹੈ ਤੂੰ ਬੜੀਆਂ ਥਾਵਾਂ ਤੇ ਲੰਗਰ ਲਾਏ ਹੋਣਗੇ ਤੂੰ ਵੱਖ-ਵੱਖ ਲੋਕਾਂ ਦੀ ਮਦਦ ਵੀ ਕਰਦਾ ਰਿਹਾ ਹੋਵੇਂਗਾ ਪਰ ਤੇਰੇ ਪੁੰਨ ਫਿਰ ਵੀ ਥੋੜੇ ਪੈਗੇ ਨੇ ਉਹ ਕਹਿੰਦਾ ਜੀ ਕਿਵੇਂ ਕਿੰਦੇ ਤੂੰ ਆਪਣੀ ਜ਼ਿੰਦਗੀ ਚ ਬਹੁਤ ਮਾੜੇ ਕੰਮ ਕੀਤੇ ਨੇ ਕਹਿੰਦਾ ਮੈਂ ਤਾਂ ਕੋਈ ਮਾੜੇ ਕੰਮ ਨਹੀਂ ਕੀਤੇ ਧਰਮਰਾਜ ਨੇ ਅਗੋ ਵਹੀ ਖਾਤਾ ਖੋਲ ਕੇ ਸਾਹਮਣੇ ਰੱਖ ਦਿੱਤਾ ਕਿੰਦੇ ਕਿ ਤੂੰ ਜ਼ਿੰਦਗੀ ਚ ਬਹੁਤ ਜ਼ਿਆਦਾ ਝੂਠ ਬੋਲੇ ਨੇ ਤੂੰ ਬੜਿਆਂ ਲੋਕਾਂ ਨੂੰ ਠੱਗਿਆ ਤੂੰ ਆਪਣੇ ਸਮਾਂਝ ਇੰਨੀ ਜ਼ਿਆਦਾ ਮਿਲਾਵਟ ਕੀਤੀ ਕਿ ਕਈ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਹ ਝੂਠ ਬੋਲਣਾ ਉਹ ਠੱਗੀ ਕਰਨਾ ਉਹ ਮਿਲਾਵਟਾ ਕਰਨੀ ਲੋਕਾਂ ਦੀ ਜਾਨ ਜਾਣੀ ਉਹ ਸਾਰੇ ਤੇਰੇ ਮੱਥੇ ਮੜੇ ਜਾਂਦੇ ਨੇ ਜਿਸ ਕਰਕੇ ਤੇਰੇ ਪੁੰਨ ਜੀਨੇ ਉਹ ਹੁਣ ਤੇਰੇ ਘਟ ਹੋ ਗਏ ਨੇ ਇਹ ਕਹਿ ਕੇ ਤੇ ਧਰਮ ਰਾਜ ਨੇ ਕਿਹਾ ਤੈਨੂੰ ਵੀ ਨਰਕ ਹੀ ਮਿਲਦਾ ਜਮਦੂਤਾ ਨੇ ਗੱਲ ਸੁਣੀ ਤੇ ਜਾ ਕੇ ਨਰਕ ਦੇ ਵਿੱਚ ਵਗਾ ਦਿੱਤਾ ਹੁਣ ਆਈ ਅੱਗੇ ਪੰਡਤ ਦੀ ਵਾਰੀ ਪੰਡਤ ਇਹ ਸਭ ਦੇਖ ਕੇ ਮਨ ਵਿੱਚ ਸੋਚਣ ਲੱਗਾ ਕਿ ਮੈਂ ਤਾਂ ਕੋਈ ਗਲਤ ਕੰਮ ਨਹੀਂ ਕੀਤਾ ਮੈਨੂੰ ਤਾਂ ਸਵਰਗ ਹੀ ਮਿਲੇਗਾ ਹੁਣ ਉਹਨੇ ਕਹਿਣ ਦੀ ਧੀਰ ਸੀ ਤਾਂ ਧਰਮ ਰਾਜ ਨੇ ਕਿਹਾ ਪੰਡਤ ਜੀ ਦੱਸੋ ਤਰਤ ਲੋਕ ਤੇ ਕਿੰਨੇ ਕੁ ਪੁੰਨ ਕਰਕੇ ਆਇਓ ਕਿੰਦਾ ਜੀ ਮੈਂ بڑے ਲੋਕਾਂ ਨੂੰ ਸਿੱਖਿਆ ਦਿੱਤੀ ਥਾਂ ਥਾਂ ਜਾ ਕੇ ਪੂਜਾ ਪਾਠ ਕੀਤੇ ਇੱਥੋਂ ਤੱਕ ਕਿ ਜਿਸ ਦੇ ਘਰ ਕੋਈ ਕੰਮ ਹੁੰਦਾ ਸੀ ਮੈਂ ਉੱਥੇ ਜਾ ਕੇ ਉਹਨੂੰ ਪੂਜਾ ਪਾਠ ਵੀ ਕਰਿਆ ਕਰਦਾ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਵੀ ਕਰਿਆ ਕਰਦਾ ਮੈਂ ਇੰਨੇ ਪੂਜਾ ਪਾਠ ਕੀਤੇ ਨੇ ਸਵੇਰੇ ਵੀ ਪੂਜਾ ਕਰਦਾ ਸੀ ਸਵੇਰੇ ਵੀ ਪਾਠ ਕਰਦਾ ਸੀ ਰਾਤ ਨੂੰ ਵੀ ਪਾਠ ਕਰਦਾ ਸੀ ਅਤੇ ਹੋਰ ਤੇ ਹੋਰ ਮੈਂ ਹੀ ਜਿਹੜੇ ਜੋ ਵੀ ਹੁੰਦੇ ਸਨ ਨਾ ਵੱਖ-ਵੱਖ ਮੰਦਰਾਂ ਦੇ ਵਿੱਚ ਦੇਵਤੇ ਉਹਨਾਂ ਨੂੰ ਮੈਂ ਹੀ ਸਭ ਤੋਂ ਪਹਿਲਾਂ ਪ੍ਰਸ਼ਾਦਾ ਪਾਣੀ ਭੋਗ ਲਵਾਇਆ ਕਰਦਾ ਸੀ ਜਿੱਥੇ ਵੀ ਲੋਕਾਂ ਨੂੰ ਐਵੇਂ ਹੁੰਦਾ ਉੱਥੇ ਮੈਂ ਹੀ ਜਾਇਆ ਕਰਦਾ ਧਰਮਰਾਜ ਜੀ ਕਹਿੰਦੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਤੂੰ ਬੜੇ ਜੋ ਬੱਚੇ ਸਨ ਉਹਨਾਂ ਨੂੰ ਸਿੱਖਿਆ ਦਿੱਤੀ ਰੋਜ਼ ਪਾਠ ਕਰਦਾ ਸੀ ਵੱਖ-ਵੱਖ ਥਾਵਾਂ ਤੇ ਜਾ ਕੇ ਕੀਰਤਨ ਕਰਦਾ ਸੀ ਸੰਗਤਾਂ ਨੂੰ ਨਿਹਾਲ ਕਰਦਾ ਸੀ ਤੂੰ ਲੋਕਾਂ ਨੂੰ ਇਸ ਚੀਜ਼ ਬਾਰੇ ਦੱਸਦਾ ਵੀ ਸੀ ਕਿ ਤੁਸੀਂ ਪੂਜਾ ਪਾਠ ਕਰਿਆ ਕਰੋ ਸਵੇਰੇ ਤੂੰ ਸਮੇਂ ਤੇ ਉੱਠ ਕੇ ਪੂਜਾ ਪਾਠ ਕਰਦਾ ਸੀ ਸ਼ਾਮ ਨੂੰ ਵੀ ਕਰਦਾ ਸੀ ਲੋਕਾਂ ਦੇ ਘਰ ਜਾ ਕੇ ਵਿਧੀ ਵਿਦਾਨ ਵੀ ਕਰਿਆ ਕਰਦਾ ਸੀ ਇਹ ਸਭ ਸੱਚ ਪਰ ਇਸ ਦੇ ਬਜਾਏ ਤੇਰੇ ਖਾਤੇ ਜਿਹੜੇ ਪੁੰਨ ਨੇ ਨਾ ਉਹ ਘੱਟ ਰਹਿ ਗਏ ਕਿੰਦਾ ਕਹਿੰਦੇ ਪਿੱਤੂ ਨਾ ਜ਼ਿੰਦਗੀ 'ਚ ਕੁਝ ਗਲਤ ਕੰਮ ਕੀਤੇ ਨੇ ਪੰਡਿਤ ਕਿੰਦਾ ਜੀ ਨਹੀਂ ਇਹ ਹੋ ਹੀ ਨਹੀਂ ਸਕਦਾ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਗਲਤ ਕੀਤਾ ਹੋਵੇ ਧਰਮਰਾਜ ਨੇ ਲੇਖਾ ਜੋਖਾ ਅੱਗੇ ਰੱਖ ਦਿੱਤਾ ਕਿ ਹਾਂ ਤੂੰ ਖੁਦ ਕਦੀ ਅਮਲ ਨਹੀਂ ਕੀਤਾ ਤੂੰ ਜੋ ਲੋਕਾਂ ਨੂੰ ਪਾਠ ਪੜਾਇਆ ਕਰਦਾ ਸੀ ਉਸ ਤੇ ਕਦੀ ਅਮਲ ਨਹੀਂ ਕੀਤਾ ਕਦੀ ਵਿਚਾਰ ਨਹੀਂ ਕੀਤਾ ਉਸ ਚੀਜ਼ ਨੂੰ ਖੁਦ ਜ਼ਿੰਦਗੀ 'ਚ ਸ਼ਾਮਿਲ ਨਹੀਂ ਕੀਤਾ ਜਿਸ ਚੀਜ਼ ਤੂੰ ਵਾਂਝਾ ਰਹਿ ਗਿਆ ਤੇ ਉਹਨੇ ਹੀ ਤੇਰੇ ਪੁੰਨ ਘਟ ਕਰ ਦਿੱਤੇ ਜੋ ਚੀਜ਼ ਤੂੰ ਰੋਜ਼ ਪੜ੍ਹਦਾ ਸੀ ਲੋਕਾਂ ਨੂੰ ਪੜਾਉਂਦਾ ਸੀ ਜੇਕਰ ਉਸੇ ਤੇ ਅਮਲ ਕਰ ਲੈਂਦਾ ਤਾਂ ਜ਼ਿੰਦਗੀ ਤੇਰੀ ਬੜੀ ਸੋਖੀ ਹੋ ਜਾਣੀ ਸੀ ਪਰ ਤੂੰ ਖੁਦ ਔਖੀ ਕਰ ਲਈ ਕੈਨ ਦੀ ਦੇਰ ਸੀ ਜਮਦੂਤਾ ਚੁੱਕ ਕੇ ਤੇ ਨਰਕ ਚ ਵਗਾ ਦਿੱਤਾ ਹੁਣ ਉਹ ਗਰੀਬ ਕਿਸਾਨ ਦੀ ਵਾਰੀ ਹੈ ਹਜੇ ਧਰਮਰਾਜ ਕੁਝ ਬੋਲੇ ਨਹੀਂ ਉਹ ਪਹਿਲਾਂ ਹੀ ਕਹਿੰਦਾ ਧਰਮਰਾਜ ਜੀ ਮੈਨੂੰ ਭਾਵੇਂ ਸਵਰਗ ਨਾ ਚਾਹੰਦਿਓ ਨਰਕ ਚ ਸੌਟ ਦਿਓ ਇੱਕ ਵਾਰ ਮੈਨੂੰ ਸਵਰਗ ਦਾਤ ਜੋ ਹੈ ਦਰਸ਼ਨ ਕਰਾ ਦਿਓ ਬਾਰੋਂ ਬੂਹੇ ਤੇ ਖੜ ਕੇ ਦਰਸ਼ਨ ਕਰਕੇ ਤੇ ਨਰਕ ਚ ਸੌਟ ਦਿਓ ਦਰਮਰਾਜ ਕਹਿੰਦੇ ਪੁੱਲਾ ਇਹ ਤੇ ਦੱਸ ਤੂੰ ਜ਼ਿੰਦਗੀ ਚ ਪੁੰਨ ਕਿੰਨੇ ਕੀਤੇ ਨੇ ਕਹਿੰਦਾ ਜੀ ਕੋਈ ਪੁੰਨ ਨਹੀਂ ਕੀਤਾ ਬੜੀ ਗੁਰਬਤ ਵਿੱਚ ਜਨਮ ਹੋਇਆ ਸਾਰੀ ਜ਼ਿੰਦਗੀ ਉਸ ਗੁਰਬਤ ਨਾਲ ਹੀ ਝੁੰਜਦੇ ਤੇ ਮੈਂ ਆ ਕਾਲ ਚਲਾ ਨੇ ਕਰ ਗਿਆ ਕਹਿੰਦੇ ਠੀਕ ਹੈ ਕਹਿੰਦੇ ਕਦੀ ਕੋਈ ਪੁੰਨ ਕੀਤਾ ਹੋਵੇ ਦੱਸ ਕਹਿੰਦੇ ਕੋਈ ਪੁੰਨ ਨਹੀਂ ਜੀ ਕੀਤਾ ਸਵੇਰੇ ਕੰਮ ਤੇ ਚਲਾ ਜਾਂਦਾ ਸੀ ਸ਼ਾਮ ਨੂੰ ਆਉਂਦਾ ਹੁੰਦਾ ਸੀ ਤੇ ਆ ਕੇ ਸੌ ਜਾਂਦਾ ਸੀ ਜਿਸ ਦਿਨ ਕੰਮ ਨਹੀਂ ਸੀ ਹੁੰਦਾ ਉਸ ਦਿਨ ਆਪਣੇ ਮਾਪਿਆਂ ਦੀ ਸੇਵਾ ਜ਼ਰੂਰ ਕਰ ਦਿੰਦਾ ਸੀ ਉਹਨਾਂ ਦੀ ਮਾਲਿਸ਼ ਕਰ ਦੇਣੀ ਸਿਰ 'ਚ ਤੇਲ ਲਾ ਦਿਆ ਕਰਨਾ ਉਹਨਾਂ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਲੈ ਕੇ ਚਲੇ ਜਾਣਾ ਦਵਾਈ دارو ਜੇ ਮੰਗਦੇ ਸੀ ਨਾਲ ਲੈ ਕੇ ਚਲੇ ਜਾਇਆ ਕਰਨਾ ਘਰ ਵਾਲੇ ਦੇ ਕੰਮਾਂ 'ਚ ਉਹਨਾਂ ਦੀ ਮਦਦ ਕਰ ਦੇਣੀ ਬੱਚਿਆਂ ਦੇ ਨਾਲ ਉਹਨਾਂ ਦੇ ਖੇਡ ਲਿਆ ਕਰਨਾ ਇੰਨਾ ਕੁ ਕੰਮ ਜ਼ਰੂਰ ਕਰ ਲਿਆ ਕਰਦਾ ਸੀ ਧਰਮਰਾਜ ਕਹਿੰਦੇ ਹੋਰ ਕੁਝ ਕੀਤਾ ਹੋਵੇ ਕਹਿੰਦਾ ਜੀ ਹੋਰ ਕੁਝ ਨਹੀਂ ਕੀਤਾ ਧਰਮਰਾਜ ਨੇ ਆਪਣਾ ਲੇਖਾ ਜੋਖਾ ਜਦੋਂ ਸਾਹਮਣੇ ਰੱਖਿਆ ਕਿਹਾ ਤੂੰ ਜ਼ਿੰਦਗੀ 'ਚ ਦੋ ਪੁੰਨ ਦੇ ਕੰਮ ਕੀਤੇ ਕਿੰਦਾ ਜੀ ਤੁਹਾਨੂੰ ਕੋਈ ਗਲਤੀ ਲੱਗੀ ਮੈਂ ਕੋਈ ਪੁੰਦਾ ਕੰਮ ਨਹੀਂ ਕੀਤਾ ਧਰਮਰਾਜ ਨੇ ਲੇਖਾ ਜੋਖਾ ਉਹਦੇ ਸਾਹਮਣੇ ਰੱਖ ਦਿੱਤਾ ਕਿ ਹਾ ਸਭ ਤੋਂ ਵੱਡਾ ਪੁੰਨ ਉਹ ਹੈ ਜੋ ਆਪਣੇ ਮਾਪਿਓ ਦੀ ਸੇਵਾ ਕਰਦਾ ਆਪਣੀ ਘਰਵਾਲੀ ਦੀ ਮਦਦ ਕਰਦਾ ਤੇ ਆਪਣੇ ਪਰਿਵਾਰ ਵਿੱਚ ਖੁਸ਼ ਰਹਿੰਦਾ ਦਾਨ ਉਹ ਨਹੀਂ ਜੋ ਰੋਜ਼ ਕਰੋ ਦਾਨ ਤਾਂ ਭਾਵੇਂ ਇੱਕ ਵਾਰ ਵੀ ਕਰੋ ਪੁੰਨ ਭਾਵੇਂ ਇੱਕ ਵਾਰ ਵੀ ਕਰੋ ਉਹ ਵੀ ਤੁਹਾਡੇ ਭਾਗ ਚਮਕਾ ਦਿੰਦਾ ਦੂਜਾ ਤੁਪਨ ਉਸ ਦਿਨ ਕੀਤਾ ਜਿਸ ਦਿਨ ਤੁਸੀਂ ਸਾਰੇ ਪਰਿਵਾਰ ਨੇ ਭੁੱਖੇ ਰਹਿ ਕੇ ਤੁਹਾਡੇ ਬੂਹੇ ਤੇ ਕੋਈ ਮੰਗਣ ਆਇਆ ਤੇ ਤੁਸੀਂ ਉਹਨੂੰ ਦਾਨ ਦੇ ਦਿੱਤਾ ਭਾਵ ਆਪਣਾ ਪ੍ਰਸ਼ਾਦਾ ਦੇ ਦਿੱਤਾ ਫਿਰ ਨਾਲ ਉਹਦੇ ਕੁੱਤਾ ਸੀ ਤੁਸੀਂ ਉਹਨੂੰ ਵੀ ਪ੍ਰਸ਼ਾਦਾ ਪਾਇਆ ਉਸ ਕੁੱਕਰ ਦੀ ਦੁਆਵਾਂ ਉਹ ਤੁਰ ਦਰਗਾਹ ਤੱਕ ਆਈਆਂ ਜਿਸ ਨੇ ਤੁਹਾਡੀ ਹੁਣ ਸੱਤ ਪੀੜੀਆਂ ਤਾਰ ਦੇਣੀਆਂ ਨੇ ਤੁਸੀਂ ਉਹ ਜੋ ਪੁੰਨ ਕੀਤਾ ਉਹਨੇ ਤੁਹਾਡੇ ਭਾਗ ਸੁਧਾਰ ਦਿੱਤੇ ਇਸ ਕਰਕੇ ਤੈਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਤੇ ਉਹਨੂੰ ਸਵਰਗ ਵਿੱਚ ਜਾ ਕੇ ਰੱਖ ਦਿੱਤਾ ਕਿਹਾ ਜਾਂਦਾ ਹੈ ਜ਼ਰੂਰੀ ਨਹੀਂ ਕਿ ਦਾਨ ਪੁੰਨ ਰੋਜ਼ ਕਰੋ ਆਪਣੀ ਸਮਰੱਥਾ ਦੇ ਅਨੁਸਾਰ ਜੋ ਤੁਸੀਂ ਕਰ ਸਕਦੇ ਹੋ ਕਰੋ ਇੱਕ ਵਾਰ ਦਾ ਕੀਤਾ ਦਾਨ ਹੀ ਤੁਹਾਡੇ ਭਾਗ ਬਦਲਣ ਦੇ ਸਮਰੱਥ ਹੁੰਦਾ ਹੈ ਦਾਨ ਹਮੇਸ਼ਾ ਉਹ ਕਰੋ ਜਿਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਥੱਗੀ ਕੋਈ ਝੂਠ ਕੋਈ ਮਿਲਾਵਟ ਨਾ ਹੋਵੇ ਕਿਸੇ ਦੀ ਮਦਦ ਕਰੋ ਤਾਂ ਬਿਨਾ ਕਿਸੇ ਸਵਾਰਥ ਦੇ ਕਰੋ ਜੇ ਕਿਸੇ ਨੂੰ ਪ੍ਰਸ਼ਾਦਾ ਸ਼ਕਾਉਂਦੇ ਹੋ ਤੇ ਉਸ ਵਿੱਚ ਕਿਸੇ ਤਰ੍ਹਾਂ ਦਾ ਸਵਾਰਥ ਨਾ ਲੁਕਿਆ ਹੋਵੇ ਜੇ ਕਿਸੇ ਨੂੰ ਕੋਈ ਸਿੱਖਿਆ ਦਿੰਦੇ ਹੋ ਤੇ ਉਸਤੇ ਖੁਦ ਵੀ ਅਮਲ ਕਰੋ ਜੋਈ ਚੀਜ਼ਾਂ ਕਰਦਾ ਉਹ ਹਮੇਸ਼ਾ ਸੁਖੀ ਰਹਿੰਦਾ ਉਹਦਾ ਇਹ ਲੋਕ ਤੇ ਪਰਲੋਕ ਦੋਵੇਂ ਸੁਖਾਲੇ ਹੋ ਜਾਂਦੇ ਨੇ